ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਲੈਕਸ਼ਨ ਦੀ ਗਰਮੋ ਗਰਮੀ ਪੂਰੀ ਹੈ, ਜੋਸ਼ ਕਿੰਨਾ ਕੁ ਹੈ। ਬਲਾਡਾ ਹਲਕਾ, ਪੰਥਕ ਹਲਕਾ ਤੇ ਮੈਂ ਤੈਨੂੰ ਇੰਨਾ ਦੱਸਾਂ, ਬੀਬਾ ਹਰਸਿਮਰਤ ਕੌਰ ਨੇ ਖਾਸ ਕਰਕੇ ਬਲਾਡੇ ਹਲਕੇ ਵਾਸਤੇ, ਮੈਨੂੰ ਯਾਦ ਹੈ ਤੁਹਾਡੇ ਸਾਰਿਆਂ ਦੀ ਮੰਗ ਸੀ ਪੱਕੇ ਖਾਲ ਕਰਾਉਣ ਵਾਲੀ, 300 ਕਰੋੜ ਰੁਪਇਆ ਸੈਂਟਰ ਤੋਂ ਲੜਕੇ ਮੋਦੀ ਤੋਂ ਲੈ ਕੇ ਆਏ ਸੀ ਤੁਹਾਡੇ ਹਲਕੇ ਵਾਸਤੇ। ਅੱਜ ਆਪਾਂ ਸਾਰੇ ਬੈਠੇ ਹਾਂ, ਅੱਜ ਇੱਥੇ ਲੋਕੀ ਆਉਂਦੇ ਆ ਕਾਂਗਰਸ ਵਾਸਤੇ ਵੋਟ ਮੰਗਣ ਆਉਂਦੇ ਆ। ਇਹਨਾਂ ਨੂੰ ਸਵਾਲ ਪੁੱਛੀਏ ਕਿ ਇੱਕ ਗੱਲ ਦੱਸ ਦਿਓ, 2.5 ਸਾਲਾਂ 'ਚ ਕੈਪਟਨ ਨੇ ਕੀਤੀ ਹੋਈ ਇੱਕ ਗੱਲ, ਇੱਕ ਕੰਮ, ਇੱਕ ਨੀਂਹ ਪੱਥਰ। ਆਹ ਬਲਾਡਾ ਪਿੰਡ ਹੈ, ਸ਼ਹਿਰ ਹੈ, ਮੰਡੀ ਹੈ, ਇੱਕ ਰੁਪਿਆ ਨਹੀਂ ਆਇਆ ਮੰਡੀ 'ਚ, ਤੁਹਾਡੇ ਪਿੰਡਾਂ 'ਚ ਇੱਕ ਰੁਪਿਆ ਨਹੀਂ ਆਇਆ। ਤੇ ਬਾਦਲ ਸਾਹਿਬ ਦੇ ਟਾਈਮ ਹਰ 2-4 ਮਹੀਨਿਆਂ ਬਾਅਦ ਸੰਗਤ ਦਰਸ਼ਨ ਬਾਦਲ ਸਾਹਿਬ ਕਰਦੇ, ਬੀਬਾ ਹਰਸਿਮਰਤ ਕਰਦੇ, ਤੁਸੀਂ 20 ਲੱਖ ਮੰਨਦੇ ਕਿਸੇ 40 ਲੱਖ ਦੇ ਕੇ ਆਉਂਦੇ। ਤੁਹਾਡੀ ਕੋਸ਼ਿਸ਼ ਕੀਤੀ ਸਾਰੀ ਖੁਆਇਸ਼ਾਂ ਪੂਰੀ ਕਰੀਏ। ਯਾਦ ਕਰੋ ਤੁਹਾਡੀ ਸਰਕਾਰ ਆਉਣ ਤੋਂ ਪਹਿਲੇ 10 ਸਾਲ ਪਹਿਲੇ ਬੁਲਾਡੇ ਦੇ ਪਿੰਡਾਂ 'ਚ ਪੀਣ ਵਾਲਾ ਪਾਣੀ ਨਹੀਂ ਹੁੰਦਾ ਸੀ, ਨਹਿਰੀ ਪਾਣੀ ਨਹੀਂ ਹੁੰਦਾ ਸੀ, ਤੁਹਾਡੇ ਕੋਲ ਖਾਲ ਕੱਚੇ ਹੁੰਦੇ ਸੀ, ਸਕੂਲਾਂ ਦਾ ਬੁਰਾ ਹਾਲ ਸੀ। ਆ 10 ਸਾਲਾਂ ਦੇ ਅੰਦਰ ਦੇਖੋ ਕਿਵੇਂ ਟਿਊਬ ਮਤਲਬ ਦਾ ਘੱਟ ਤੋਂ ਘੱਟ 200-300 ਵਾਟਰ ਬਾਕਸ ਬਣਾਏ ਆ, ਆਰ ਓ ਸਿਸਟਮ ਲਾਏ ਆ, ਨਹਿਰਾਂ ਕੱਢੀਆਂ, ਨਵੀਆਂ ਬਣਾਈਆਂ, ਅਪਗ੍ਰੇਡ ਕੀਤੀਆਂ, ਟਿਊਬਵੈਲਾਂ ਦੇ ਕਨੈਕਸ਼ਨ ਦਿੱਤੇ, ਗਰੀਬਾਂ ਨੂੰ ਹਰ ਕਿਸਮ ਦੀ ਸਹੂਲਤ ਦਿੱਤੀ, ਤੁਹਾਨੂੰ ਆਂਚ ਨਹੀਂ ਆਉਣ ਦਿੱਤੀ। ਆਹ ਫਰਕ ਹੈ ਆਪਣੇ ਤੇ ਪਰਾਇਆਂ 'ਚ। ਹੁਣ 2.5-10 ਸਾਲ ਤੁਹਾਡਾ ਰਾਜ ਸੀ, ਤੁਹਾਡੀ ਸਰਦਾਰੀ ਸੀ, ਹੁਣ 2.5 ਸਾਲ ਹੋ ਗਏ ਪਟਿਆਲੇ ਵਾਲਿਆਂ ਦਾ ਰਾਜ, ਕਿਤੇ ਕੋਈ ਤੁਹਾਨੂੰ ਕੋਈ ਪੁੱਛਣ ਨਹੀਂ ਆਇਆ, ਕੋਈ ਤੁਹਾਡੇ ਨਾਲ ਸਤਿ ਸ੍ਰੀ ਅਕਾਲ ਬੁਲਾਉਣ ਵੀ ਨਹੀਂ ਆਇਆ। ਆ ਜਿਹੜਾ ਰਾਜਾ ਬਣਿੰਗ ਕਿੱਧਰ MLA ਬਣਿਆ, ਮੈਂ ਹੈਰਾਨ ਹਾਂ ਜਦੋਂ ਦੇ ਭਾਸ਼ਣ ਕਿਤੇ ਸੁਣਿਆ, ਕਹਿੰਦਾ ਜੀ ਮੈਨੂੰ ਜਿੱਤਾ ਦਿਓ ਤੇ ਮੈਂ ਇੰਡਸਟਰੀ ਲੈ ਕੇ ਆਊਂਗਾ, ਕਹਿੰਦਾ ਮੈਂ ਆਪਣੇ ਤੁਹਾਡੇ ਹਲਕੇ ਨੂੰ ਗਿੱਦੜਵੇ ਵਰਗਾ ਬਣਾ ਦੂੰਗਾ। ਯਾਰ ਪੁੱਛ ਲਓ ਉਹਨੂੰ, ਗਿੱਦੜਵੇ ਤੇ ਇੱਕ ਕਿੱਟ ਨਹੀਂ ਲਾਈ, ਪੱਟ ਕੇ ਲੈ ਕੇ ਜਾਣੀ ਇੱਥੋਂ ਹੀ ਤਾਂ।